رسول الكريم أما بعد فأعوذ بالله من الشيطان الرجيم بسم الله وذكرهم بأيام الله في مقام آخر لقد من الله على المؤمنين إذ بعث فيهم رسولا في مقام آخر وأنزلنا إليكم نورا مبينا في مقام آخر قد جاءكم من الله نور وكتاب صدق الله مولانا العظيم وصدق رسوله النبي الكريم الأمين ونحن على ذلك من الشاهدين والشاكرين والحمد لله رب العالمين ایک مرتبہ محبت نا درود و سلام با آواز الصلاة درود و سلام ہوں آقا انعامدار مدنِ تاجدار حبیب خدا اشرف انبیاء جناب محمد صلی اللہ علیہ وسلم دی ذات مقدس ہوں آج دی بڑی ہی برکت والی محفل پاک جشن عید میلاد النبی صلی اللہ علیہ وآلہ وسلم کی طرف سے پاک ہے دعا فرماؤ اللہ رب العالمین اساڈی سب دی حاضری قبول ہو جائے آمین اور اساڈا نبی کریم صلی اللہ علیہ وآلہ وسلم دے سنا خانہ دی لسٹ اندر
ਕਿਸੇ ਉਹਨਾਂ ਦੇ ਨਾਂ ਲਿਖਿਆ ਜਾ ਉਸ ਮਹਬੂਬ ਦਾ ਜ਼ਿਕਰ ਜਿਸ ਮਹਬੂਬ ਦਾ ਨਾਮੇ ਨਾਦਰ ਇਸਮੇ ਗਿਰਾਮੀ ਲੈਣਾ ਸਾਨੂੰ ਨਸੀਬ ਹੋ ਗਿਆ ਗੋ ਸਾਡੇ ਮੂੰਹ ਇਸ ਕਾਬਿਲ ਨਹੀਂ ਕਿ ਉਸ ਮਹਬੂਬ ਦਾ ਨਾਂ ਲੈਂਦੇ ਹਜ਼ਾਰ ਵਾਰ ਕਠੋਰ ਜਮ ਦਹਨ ਦੀ ਖੁਸ਼ਕ ਸਰਕਾਰ ਦਾ ਨਾਂ ਤੇ ਦਿੰਦੇ ਵਾਦਾ ਬੁਰੇ ਆ ਭਲੇ ਆ ਸਰਕਾਰ ਦਾ ਨਾਮੇ ਨਾਮੀ ਇਸਮੇ ਗਿਰਾਮੀ ਤੇ ਦੇ ਉਸ ਮਹਬੂਬ ਦੀਆਂ ਬੜੀਆਂ ਬਰਕਤਾਂ ਨੇ ਸੱਚਾ ਨਬੀ ਜ਼ਿੰਦਾ ਨਬੀ ਅਸਮਤ ਵਾਲਾ ਨਬੀ ਅੱਲਾਹ ਰੱਬ ਆਲਮੀਨ ਇੱਕ ਬੰਦੇ ਨੂੰ ਬੁਲਾਏਗਾ ਉਹਦੇ ਗੁਨਾਹ ਬੜੇ ਜ਼ਿਆਦਾ ਹੋਣਗੇ ਔਰ ਉਸਦਾ ਨਾਂ ਮੁਹੰਮਦ ਹੋਵੇਗਾ ਮੇਰਾ ਨਾਮ ਫਰਮਾਏਗਾ ਤੈਨੂੰ ਗੁਨਾਹ ਕਰਦਿਆਂ ਹਜ਼ਾਰ ਨਹੀਂ ਆਇਆ ਗੁਨਾਹ ਕੀਤਾ ਕਿਉਂ ਗੁਨਾਹ ਕੀਤਾ ਹਜ਼ਾਰ ਨਹੀਂ ਆਇਆ ਤੈਨੂੰ ਗੁਨਾਹ ਕਰਦਿਆਂ ਫਿਰ ਅੱਲਾਹ ਰੱਬੂ ਦਾ ਮੈਨੂੰ ਫਰਮਾਏਗਾ ਤੈਨੂੰ ਨਹੀਂ ਆਇਆ ਤੇ ਮੈਨੂੰ ਆਉਂਦਾ ਹੀ ਤੇਰਾ ਨਾਂ ਮੇਰੇ ਮਹਬੂਬ ਦੇ ਨਾਂ ਰੰਗਾ ਜਾ ਕਰਦਿਆਂ ਯਾਰ ਨਹੀਂ ਆਇਆ ਕਿ ਮੈਨੂੰ ਅਜ਼ਾਬ ਦਿੰਦਿਆਂ ਹਜ਼ਾਰ ਕਿਸਦੇ ਨਾਂ ਦੀਆਂ ਹੀ ਇੰਨੀਆਂ ਬਰਕਤਾਂ ਨੇ ਖਾਲੀ ਨਾ ਖਤਰਾ ਦੀ ਉਸਦੇ ਮਹਬੂਬ ਦੀਆਂ ਜ਼ਿਕਰ ਦੀਆਂ ਕਿਤੀਆਂ ਬਰਕਤਾਂ ਖੁਸ਼ ਨਸੀਬ ਨੇ ਉਹ ਲੋਕ ਜਿਹੜੇ ਉਸ ਮਦੀਨੇ ਮਹਬੂਬ ਦਾ ਜ਼ਿਕਰ ਕਰਦੇ ਔਰ ਉਹ ਬੜਾ ਅਜ਼ੀਮ ਫਖਰ ਹੈ ਖਾਲਕੀ ਕਾਇਨਾਤ ਇਸ ਮਹਬੂਬ ਦੇ ਜ਼ਿਕਰ ਦੇ ਬਹਾਨੇ ਹੀ ਇਨਸ਼ਾ ਅੱਲਾਹ ਨਿਜਾਤ ਫਰਮਾ ਦੇ ਔਰ ਇਹ ਮਹਬੂਬ ਦਾ ਜ਼ਿਕਰ ਕੋ ਅਸੀਂ ਆਪਣੇ ਕੋਲੋਂ ਨਹੀਂ ਕਰਦੇ ਮੇਰੇ ਅੱਲਾਹ ਨੇ ਇਰਸ਼ਾਦ ਫਰਮਾਇਆ ਵਲਦਨ ਕਿ ਰੁਹੋਂ ਬੇਅੰਜਾ ਕੀਤਾ ਅੱਲਾਹ ਦੇ ਦਿਨ ਨੂੰ ਯਾਦ ਕਰੋ ਮੌਲਾ ਦਿਨ ਤੇ ਸਾਰੇ ਤੇਰੇ ਜੁਮਾ ਵੀ ਤੇਰਾ ਹਫ਼ਤਾ ਵੀ ਤੇਰਾ ਇਤਵਾਰ ਵੀ ਤੇਰਾ ਸੋਮਵਾਰ ਵੀ ਤੇਰਾ ਮੰਗਲ ਵੀ ਤੇਰਾ ਬੁੱਧ ਵੀ ਤੇਰਾ ਜੁਮੇਰਾਤ ਵੀ ਤੇਰਾ ਦਿਨ ਚ ਸਾਰੇ ਤੇਰੇ ਹਨ ਫਰਮਾਇਆ ਮੈਂ ਉਸ ਦਿਨ ਦੀ ਗੱਲ ਕਰਨਾ ਜਿਹਨਾਂ ਦਿਨਾਂ ਵਿੱਚ ਮੈਂ ਤੁਹਾਡੇ 'ਤੇ ਕੋਈ ਇਨਾਮ ਫਰਮਾਇਆ ਕਿਹਨਾਂ 'ਤੇ ਖਾਣਾ ਉਤਾਰਿਆ ਕਿਹਨਾਂ ਨੂੰ ਕੁਛ ਦਿੱਤਾ ਕਿਹਨਾਂ ਨੂੰ ਕੁਛ ਦਿੱਤਾ ਜਿਹਨਾਂ ਜਿਹਨਾਂ ਦਿਨਾਂ ਵਿੱਚ ਜਿਹਨਾਂ ਨੂੰ ਮੈਂ ਇਨਾਮ ਦਿੱਤਾ ਹੈ ਮੇਰਾ ਆਰਡਰ ਹੈ ਵੀ ਮੇਰਿਆਂ ਉਹਨਾਂ ਦਿਨਾਂ ਨੂੰ ਯਾਦ ਰੱਖੋ ਯਾਦ ਕਿਵੇਂ ਰੱਖਣਾ ਹੈ ਕਿ ਮੌਲਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਇਨਾਮ ਅਤਾ ਫਰਮਾਇਆ ਉਸ ਦਿਨ ਨੂੰ ਯਾਦਗਾਰ ਬਣਾਓ ਜਦੋਂ ਵੀ ਉਹ ਸਾਲ ਬਾਅਦ ਦਿਨ ਆਵੇ ਤਾਂ ਉਸ ਦਿਨ ਨੂੰ ਯਾਦਗਾਰ ਬਣਾਓ ਔਰ ਲੋਕਾਂ ਨੂੰ ਦੱਸੋ ਲੋਕੋ ਅੱਲਾਹ ਨੇ ਸਾਡੇ ਤੇ ਫਜ਼ਲ ਕਰ ਦਿੱਤਾ ਸਾਡੇ ਤੇ ਇਕਰਾਮ ਕਰ ਦਿੱਤਾ ਇਹ ਮੇਰੇ ਰੱਬ ਨੇ ਤਕਾਜ਼ਾ ਫਰਮਾਇਆ ਹੈ ਇਹ ਸਾਰੀਆਂ ਨਿਮਤਾਂ ਇੱਕ ਤਰਫ਼